ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੀ ਮਿਤਾਲੀ ਵੱਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਭਗਵੰਤ ਮਾਨ ਨੇ ਮਹਾਗਠਜੋੜ 'ਚ ਸ਼ਾਮਿਲ ਹੋਣ 'ਤੇ ਬ੍ਰਹਮਪੁਰਾ ਦੇ ਮੂੰਹ 'ਤੇ ਕੀਤਾ ਇਨਕਾਰ, ਕਿਹਾ ਖਹਿਰਾ ਬੈਂਸ ਨਹੀਂ ਮਨਜ਼ੂਰ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕਿਸੇ ਦੀ ਵੀ ਗੈਰ ਹਾਜ਼ਰੀ 'ਚ ਸੀਟਾਂ ਦੀ ਚੋਣ ਨਹੀਂ ਕਰਨਗੇ। ਬਠਿੰਡਾ ਦਾ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਸੁਖਬੀਰ ਬਾਦਲ ਨੂੰ ਚੈਲੇਂਜ। ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਨੋਟਿਸ ਜਾਰੀ, 6 ਫਰਵਰੀ ਨੂੰ ਤਲਬ। ਮਨਜੀਤ ਸਿੰਘ ਜੀਕੇ ਨੇ ਦਿੱਤੀ ਬਾਦਲ ਨੂੰ ਸਲਾਮ, ਮਨਾਉਣ ਰੁੱਸੇ ਟਕਸਾਲੀਆਂ ਨੂੰ ਨਹੀਂ ਤਾਂ ਕਰਨਗੇ ਨੁਕਸਾਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਲੁਧਿਆਣਾ 'ਚ ਹੋਈ ਮਹਾਗਠਜੋੜ ਦੀ ਮੀਟਿੰਗ ਦੌਰਾਨ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਰਿਆਂ ਦੇ ਸਾਹਮਣੇ ਭਗਵੰਤ ਮਾਨ ਨੂੰ ਮਹਾਗਠਜੋੜ 'ਚ ਸ਼ਾਮਿਲ ਹੋਣ ਲਈ ਗੱਲ ਕੀਤੀ, ਪਰ ਮਾਨ ਨੇ ਬ੍ਰਹਮਪੁਰਾ ਨੂੰ ਸਾਫ਼ ਇਨਕਾਰ ਕਰ ਦਿੱਤਾ। ਕਿਹਾ ਕਿ ਮਹਾਗਠਜੋੜ 'ਚ ਖਹਿਰਾ ਅਤੇ ਬਹਿਸ ਹੋਣਗੇ ਤਾਂ ਅਸੀਂ ਨਹੀਂ ਹੋਵਾਂਗੇ ਸ਼ਾਮਿਲ। ਲੁਧਿਆਣਾ 'ਚ ਹੋਈ ਮਹਾਗਠਜੋੜ ਸੰਬੰਧੀ ਮੀਟਿੰਗ ਤੋਂ ਬਾਅਦ ਮੀਡੀਆ ਨੇ ਬ੍ਰਹਮਪੁਰਾ ਤੋਂ ਮਹਾਗਠਜੋੜ 'ਚ ਆਮ ਆਦਮੀ ਪਾਰਟੀ ਦੇ ਸ਼ਾਮਿਲ ਹੋਣ ਸੰਬੰਧੀ ਜਦੋਂ ਸਵਾਲ ਪੁੱਛੇ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੀਡੀਆ ਨਾਲ ਇੱਕ ਅਹਿਮ ਗੱਲ ਸਾਂਝੀ ਕੀਤੀ ਕਿ ਜਦੋਂ ਪਹਿਲਾਂ ਮੇਰੀ ਅਤੇ ਭਗਵੰਤ ਮਾਨ ਦੀ ਮੀਟਿੰਗ ਹੋਈ ਸੀ ਉਦੋਂ ਬੜੀ ਪੋਜ਼ਿਟਿਵ ਸੋਚ ਸੀ, ਪਰ ਅੱਜ ਮੈਂ ਜਦੋਂ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਦੇ ਸਾਹਮਣੇ ਭਗਵੰਤ ਮਾਨ ਨਾਲ ਗੱਲ ਕੀਤੀ ਤਾਂ ਪਰ ਉਸਨੇ ਮੈਨੂੰ ਬਿਲਕੁਲ ਹੀ ਮਾਯੂਸ ਕਰ ਦਿੱਤਾ। ਮਾਨ ਨੇ ਕਿਹਾ ਕਿ ਅਗਰ ਸੁਖਪਾਲ ਖਹਿਰਾ ਅਤੇ ਬੈਂਸ ਮਹਾਗਠਜੋੜ 'ਚ ਹੋਣਗੇ ਤਾਂ ਮੈਂ ਮਹਾਗਠਜੋੜ 'ਚ ਸ਼ਾਮਿਲ ਨਹੀਂ ਹੋਵਾਂਗਾ। ਇਸ ਤੋਂ ਬਾਅਦ ਬ੍ਰਹਮਪੁਰਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤਾਂ ਉਹ ਸਾਬਿਤ ਕਰ ਰਹੇ ਨੇ ਕਿ ਉਹ ਪੰਜਾਬ ਦੇ ਹਿੱਤ ਵਿੱਚ ਨਹੀਂ ਅਤੇ ਬਾਦਲ ਅਤੇ ਕਾਂਗਰਸ ਵਰਗੀ ਭ੍ਰਿਸ਼ਟਾਚਾਰ ਵਾਲੀ ਸਰਕਾਰਾਂ ਦਾ ਸਾਥ ਦੇ ਰਹੇ ਨੇ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਮੈਨੂੰ ਪਹਿਲੇ ਵੀ ਅੰਮ੍ਰਿਤਸਰ ਘਰ ਦੇ ਵਿੱਚ ਮਿਲੇ ਸੀ, ਉਦੋਂ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਸੀ, ਉਦੋਂ ਤਾਂ ਬੜੀ ਪੋਜ਼ਿਟਿਵ ਡਿਸਕਸ਼ਨ ਹੋਈ ਸੀ ਅਤੇ ਅੱਜ ਫਿਰ ਅਸੀਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਸਾਰੇ ਸਾਥੀਆਂ ਦੇ ਸਾਹਮਣੇ ਗੱਲਬਾਤ ਕੀਤੀ ਆ ਅਤੇ ਉਸ ਨੂੰ ਇਹ ਕਿਹਾ ਸੀ ਕਿ ਅਸੀਂ ਮਹਾਂਗਠਬੰਧਨ ਜਿਹੜਾ ਵਾ ਪੰਜਾਬ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ, ਤੁਸੀਂ ਵੀ ਸਾਡੇ ਵਿੱਚ ਸ਼ਾਮਿਲ ਹੋ ਅਤੇ ਉਹਨਾਂ ਨੇ ਇਹ ਕਹਿ ਕੇ ਥੋੜ੍ਹਾ ਜਿਹਾ ਸਾਨੂੰ ਮਜੂਸ ਕੀਤਾ ਵਾ ਕਿ ਅਸੀਂ ਜੇ ਖਹਿਰਾ ਸਾਹਿਬ ਅਤੇ ਉਹਨਾਂ ਦੇ ਸਾਥੀ ਤੁਹਾਡੇ ਨਾਲ ਗਠਬੰਧਨ ਕਰਦੇ ਆ ਤਾਂ ਫਿਰ ਸ਼ਾਇਦ ਅਸੀਂ ਤੁਹਾਡੇ ਨਾਲ ਇਹ ਗਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਪਰ ਸਾਡੀ ਗੱਲ ਜੇ ਟੁੱਟੀ ਨਹੀਂ ਫਿਰ ਉਹਨਾਂ ਨਾਲ ਚੱਲਦੀ ਆ, ਪਰ ਸਾਨੂੰ ਇੰਝ ਲੱਗਦਾ ਵੀ ਸ਼ਾਇਦ ਉਹ ਇਸ ਗਠਬੰਧਨ ਦੇ ਵਿੱਚ ਸ਼ਾਮਿਲ ਨਾ ਹੋਣ। ਮੈਂ ਤਾਂ ਇਹ ਸਮਝਦਾ ਵਾਂ ਕਿ ਜਿਹੜਾ ਬੰਦਾ ਗਠਬੰਧਨ ਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਇਹਦਾ ਮਤਲਬ ਇਨਡਾਇਰੈਕਟਲੀ ਤੌਰ 'ਤੇ ਉਹ ਕਾਂਗਰਸ ਦੀ ਔਰ ਬਾਦਲਕਿਆਂ ਦੀ ਜੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਆ, ਲੁੱਟ ਖਸੋਟਿਆ, ਵਾਹਵਾ ਜਿਹੜੀ ਹੋ ਰਹੀ ਆ ਉਹ ਸਾਰੀ ਜਿਹੜੀਆਂ ਉਸ ਬੰਦੇ ਉਹਨਾਂ ਦੇ ਉਹ ਖਿਲਾਫ਼ ਸਾਥ ਹੈ। ਲੁਧਿਆਣਾ ਮੀਟਿੰਗ ਦੌਰਾਨ ਸੀਟਾਂ ਦੇ ਬਟਾਂਦਰੇ ਨੂੰ ਲੈ ਕੇ ਜਦੋਂ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕੇ, ਇਸ ਲਈ ਅਸੀਂ ਕਿਸੇ ਦੀ ਵੀ ਗੈਰ ਮੌਜੂਦਗੀ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੋਂ ਜਦੋਂ ਮਹਾਗਠਜੋੜ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੇ ਸੀਟਾਂ ਦੇ ਵਟਾਂਦਰੇ ਬਾਰੇ ਸਵਾਲ ਕੀਤਾ ਤਾਂ ਖਹਿਰਾ ਨੇ ਕਿਹਾ ਕਿ ਸਾਡੇ ਨਾਲ ਅੱਜ ਨਵੇਂ ਬੰਦੇ ਸ਼ਾਮਿਲ ਹੋਏ ਨੇ ਤੇ ਟਕਸਾਲੀ ਆਗੂ ਤਾਂ ਪਹਿਲੀ ਵਾਰ ਮੀਟਿੰਗ 'ਚ ਸ਼ਾਮਿਲ ਹੋਏ ਨੇ ਤੇ ਧਰਮਵੀਰ ਗਾਂਧੀ ਅੱਜ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ, ਇਸ ਲਈ ਸੀਟਾਂ ਦਾ ਵਟਾਂਦਰਾ ਨਹੀਂ ਕੀਤਾ ਗਿਆ, ਅਸੀਂ ਕਿਸੇ ਦੀ ਵੀ ਗੈਰ ਮੌਜੂਦਗੀ 'ਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੁੰਦੇ। ਦੇਖੋ ਪ੍ਰਮੁੱਖ ਤੌਰ 'ਤੇ ਕੀ ਸੀਗਾ ਕਿ ਸਾਡੇ ਨਾਲ ਅੱਜ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਇੱਕ ਨਵੇਂ ਸਾਥੀ ਲੜੇ ਨੇ ਆਫੀਸ਼ੀਅਲੀ, ਉਹ ਹਨ ਟਕਸਾਲੀ ਅਕਾਲੀ ਦਲ, ਅੱਜ ਉਹ ਆਏ ਨੇ। ਪਹਿਲੇ ਸੀਟਸ 'ਤੇ ਡਿਸਕਸ਼ਨ ਨਹੀਂ ਕੀਤੀ ਕਿਉਂਕਿ ਟਕਸਾਲੀ ਅਕਾਲੀ ਦਲ ਅੱਜ ਪਹਿਲੀ ਵਾਰੀ ਆਏ ਸੀ, ਡਾਕਟਰ ਗਾਂਧੀ ਆ ਨਹੀਂ ਸਕੇ, ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਕੋਈ ਸੀਟ ਸੀ ਬਹੁਤੀ ਜ਼ਿਆਦਾ ਲੰਬੀ ਚੌੜੀ ਡਿਸਕਸ਼ਨ। ਅਸੀਂ ਮੀਟਿੰਗਾਂ ਹੁਣ ਕਰਾਂਗੇ ਛੇਤੀ ਛੇਤੀ, ਹੇਠ ਉੱਤੇ ਮਤਲਬ
ਹਫਤੇ ਖੰਡ ਦੇ ਵਿੱਚ ਸੋ ਦੈਟ ਅਸੀਂ ਇਸ ਸਾਰੀ ਗੱਲ ਨੂੰ ਫਾਈਨਲਾਈਜ਼ ਕਰ ਸਕੀਏ। ਭਗਵੰਤ ਮਾਨ ਦਾ ਹੋਊਗਾ? ਨਹੀਂ ਨਹੀਂ, ਇਸ ਤਰ੍ਹਾਂ ਨਹੀਂਗਾ। ਫਿਲਹਾਲ ਅਸੀਂ ਸਾਰੇ ਅਲਾਇੰਸ ਵਿੱਚ ਇਕੱਠੇ ਹਾਂ। ਕੋਈ ਸਮਾਂ ਇਦਾਂ ਦਾ ਵੀ ਆ ਸਕਦਾ ਪੰਜਾਬ ਦੇ ਵਿੱਚ ਜਦੋਂ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਸਕਦੇ। ਐਵਰੀਥਿੰਗ ਇਜ਼ ਪੋਸੀਬਲ। ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਠਿੰਡਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਆ ਕੇ ਬੈਠੇ ਆਪਣੇ ਪਰਿਵਾਰ ਦੇ ਨਾਲ ਸ੍ਰੀ ਅਕਾਲ ਤਖ਼ਤ ਅਤੇ ਫਿਰ ਦੇਖਾਂਗੇ ਕਿ ਕੌਣ ਕਾਂਗਰਸ ਦੇ ਨਾਲ ਹੈ। ਟਕਸਾਲੀ ਆਗੂਆਂ ਵੱਲੋਂ ਬਠਿੰਡਾ ਵਿੱਚ ਮਹਾਂਗਠਜੋੜ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੀਡੀਆ ਨੇ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਇਹ ਸਵਾਲ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਇਹ ਕਹਿਣਾ ਹੈ ਕਿ ਟਕਸਾਲੀ ਆਗੂ ਹੁਣ ਕੈਪਟਨ ਸਰਕਾਰ ਨਾਲ ਮਿਲੇ ਹੋਏ ਨੇ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਬਾਦਲ ਨੂੰ ਸ਼ਰੇਆਮ ਚੈਲੰਜ ਕੀਤਾ ਕਿ ਉਹ ਅਕਾਲ ਤਖ਼ਤ ਉੱਤੇ ਆ ਕੇ ਆਪਣੇ ਪਰਿਵਾਰ ਨਾਲ ਮੇਰੇ ਸਾਹਮਣੇ ਬੈਠਣ, ਫਿਰ ਪਤਾ ਚੱਲੇਗਾ ਕਿ ਕੈਪਟਨ ਦੇ ਨਾਲ ਕੌਣ ਮਿਲਿਆ ਹੋਇਆ ਹੈ। ਸੁਖਬੀਰ ਬਾਦਲ ਦੇ ਦਿੱਤੇ ਬਿਆਨ ਤੇ ਕਿ ਜਦੋਂ ਤੱਕ ਮੈਂ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਦਾ, ਉਦੋਂ ਤੱਕ ਮੈਂ ਬ੍ਰਹਮਪੁਰਾ ਹੁਣਾਂ ਦੀ ਵਾਪਸੀ ਨਹੀਂ ਹੋਣ ਦੇਣੀ ਤੇ ਬ੍ਰਹਮਪੁਰਾ ਹੱਸਦੇ ਹੋਏ ਬੋਲੇ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਅਸੀਂ ਬਣਾ ਲਿਆ, ਲੋਕਾਂ ਦਾ ਸਾਨੂੰ ਆਸ਼ੀਰਵਾਦ ਹੈ, ਉਹ ਤਾਂ 4 ਦਿਨਾਂ ਦੇ ਪ੍ਰਾਹੁਣੇ ਆ, ਉਹਨਾਂ ਕੋਲ ਅਕਾਲੀ ਦਲ ਹੀ ਨਹੀਂ ਰਹਿਣਾ ਤਾਂ ਅਸੀਂ ਗੰਦੇ ਲੋਕਾਂ ਨਾਲ ਰਲ ਕੇ ਕੀ ਲੈਣਾ। ਪਰ ਮੈਂ ਚੈਲੰਜ ਇਹ ਕਰ ਰਿਹਾ ਕਿ ਮੈਂ ਦੁੱਧ ਪੁੱਤ ਵਾਲਾ, ਮੈਂ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਤਿਆਰ ਹਾਂ ਅਤੇ ਉਹ ਵੀ ਆਪਣਾ ਪਰਿਵਾਰ ਲੈ ਕੇ ਉੱਥੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਆ ਜਾਣਾ ਅਤੇ ਉੱਥੇ ਨਿਤਾਰਾ ਹੋਊਗਾ ਵੀ ਕਾਂਗਰਸ ਨਾਲ ਕੌਣ ਰਲਿਆ ਅਤੇ ਕੌਣ ਨਹੀਂ ਰਲਿਆ। ਇਹ ਭਰ ਕੇ ਮੈਂ ਅੱਜ ਤੋਂ ਤੁਹਾਡੀ ਖਬਰ ਲੱਗ ਜਾਣੀ, ਪਤਾ ਨਹੀਂ ਭਰ ਕੇ ਜਦੋਂ ਮੈਂ ਪ੍ਰੈਸ ਦੇ ਵਿੱਚ ਕਹੂੰਗਾ ਕਿੰਨਾ ਕੁ ਉਹਨੂੰ ਉਹਦਾ ਵੇਚ ਜਾਊਗਾ। ਲੇਕਿਨ ਇਹ ਗੱਲ ਸਾਨੂੰ ਸਭ ਤੋਂ ਇਸ ਗੱਲ ਨੇ ਮੈਨੂੰ ਦੁੱਖ ਪਹੁੰਚਾਇਆ, ਇਹ ਜੋ ਗੱਲਾਂ ਜਿਹੜੀਆਂ ਕਰਦੇ ਨੇ ਬੇਬੁਨਿਆਦ, ਉਹਨਾਂ ਨੂੰ ਕੋਈ ਮੁੱਦਾ ਨੀਗਾ। ਕੋਈ ਮੇਰੇ ਵਰਗੇ ਬੰਦੇ ਜਿਹੜੇ ਸੱਠ ਸਾਲ ਅਕਾਲੀ ਦਲ ਦੇ 10-10, 12-12 ਸਾਲ ਕੈਦ ਕੱਟੀ ਆ, 60 ਸਾਲਾਂ ਦੇ ਵਿੱਚ ਮੋਹਲੀ ਕਤਾਰ 'ਚ ਹੋ ਕੇ ਲੜੇ, ਕਦੀ ਕੁਛ ਮੰਗਿਆ ਨਹੀਂ ਅਤੇ ਇਹ ਉਦੋਂ ਜੰਮੇ ਵੀ ਨਹੀਂ ਜਾਂਦੇ, ਅਸੀਂ ਕੈਦਾਂ ਕੱਢਦੇ ਹਾਂ ਅਤੇ ਅਸੀਂ ਕਾਂਗਰਸ ਦਾ ਹੱਥ ਠੋਕਾ ਬਣ ਜਾਈਏ ਅਤੇ ਇਹ ਆਪਣੇ ਆਪ ਨੂੰ ਕਹਿਣ ਵੀ ਅਸੀਂ ਟਕਸਾਲੀ ਅਕਾਲੀ ਹਾਂ ਜਾਂ ਅਸੀਂ ਵੱਡੇ ਅਕਾਲੀ ਹਾਂ ਜਾਂ ਅਸੀਂ ਵੱਡੇ ਪੰਥ ਦੇ ਹਤੈਗੀ ਹਾਂ, ਅਤੇ ਇਹ ਤਾਂ ਮੇਰੇ ਗੱਲ ਮੰਨਣ 'ਚ ਨਹੀਂ ਹੁੰਦੀ ਔਰ ਕਿਸੇ ਦੇ ਮੰਗਣ 'ਚ ਨਹੀਂ ਗੱਲ। ਉਹ ਸੋਚੋ ਗੱਲ ਕਿੱਡੀ ਹੱਸ ਹੋਣੀ ਗੱਲ ਆ, ਸ਼੍ਰੋਮਣੀ ਅਕਾਲੀ ਦਲ 'ਤੇ ਅਸੀਂ ਬਣਾ ਲਿਆ ਅਤੇ ਉਹਦੀ ਐਗਜੈਕਟਿਵ ਬਣਾ ਲਈ, ਪ੍ਰਧਾਨ ਬਣਾ ਲਿਆ, ਸਭ ਕੁਝ ਬਣਾ ਲਿਆ, ਜਨਤਾ ਦੀ ਲੋਕਾਂ ਦੀ ਸਾਨੂੰ ਆਸ਼ੀਰਵਾਦ ਆ, ਅਕਾਲ ਤਖ਼ਤ 'ਤੇ ਜਾ ਕੇ ਅਸੀਂ ਸਭ ਕੁਛ ਇਹ ਕੀਤਾ। ਸਾਨੂੰ ਉਹ ਦੱਸੋ, ਉਹ ਤਾਂ ਮੈਂ ਸਮਝਦਾ ਵੀ ਉਹ ਥੋੜ੍ਹੇ ਦਿਨ ਦੇ ਪ੍ਰਾਹੁਣੇ, ਉਹ ਤਾਂ ਅਕਾਲੀ ਦਲ 'ਤੇ ਰਹਿਣੇ, ਉਹਨਾਂ ਤੋਂ ਅਕਾਲੀ ਦਲ ਹੀ ਨਹੀਂ ਰਹਿਣਾ, ਉਹ ਸਾਨੂੰ ਕੀ ਕਰਨਾ, ਅਸੀਂ ਉੱਥੇ ਹੀ ਕਰਨ ਜਾਣਾ ਵਾ। ਜਿਸ ਅਕਾਲੀ ਦਲ ਦੇ ਮੂੰਹ ਦੇ ਉੱਤੇ ਗੰਦ ਦੇ ਛਿੱਟੇ ਲੋਕ ਮਾਰਦੇ ਆ, ਅਸੀਂ ਉਹ ਅਕਾਲੀ ਦਲ 'ਚੋਂ ਕੀ ਲੈਣਾ, ਇਹਨਾਂ ਗੰਦੇ ਲੋਕਾਂ ਨਾਲ ਰਲ ਕੇ ਜਿੰਨਾ ਪੰਜਾਬ ਲੁੱਟ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮੁਸ਼ਕਿਲਾਂ ਨੇ ਘੇਰ ਲਿਆ ਹੈ। ਪਿਛਲੇ ਕੁਝ ਸਮੇਂ ਤੋਂ ਉਹਨਾਂ 'ਤੇ ਮੁਸੀਬਤਾਂ ਆਉਂਦੀਆਂ ਹੀ ਜਾ ਰਹੀਆਂ ਨੇ ਅਤੇ ਹੁਣ ਉਹਨਾਂ ਨੂੰ ਵੱਡੀ ਮੁਸੀਬਤ ਨੇ ਘੇਰ ਲਿਆ। ਮਾਮਲਾ ਪੰਜਾਬ ਵਿਧਾਨ ਸਭਾ ਸਪੀਕਰ ਦੇ ਖਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਦਾ ਹੈ, ਜਿਸ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸੁਖਬੀਰ ਬਾਦਲ ਤੋਂ ਜਵਾਬ ਤਲਬ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਇੱਕ ਵੱਡੀ ਮੁਸੀਬਤ ਆ ਖੜੀ ਹੋਈ ਹੈ, ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮਾਮਲਾ ਕੀ ਹੈ। ਜਿਵੇਂ ਕਿ ਸਾਰੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਸੁਖਬੀਰ ਬਾਦਲ ਜੀ ਬੋਲਦੇ ਹੋਏ ਨਹੀਂ ਸੋਚਦੇ ਕਿ ਉਹ ਬੋਲ ਕੀ ਰਹੇ ਨੇ, ਗੱਲਾਂ ਦੀ ਰਫ਼ਤਾਰ 'ਚ ਉਹ ਕੁਝ ਵੀ ਬੋਲ ਦਿੰਦੇ ਨੇ, ਕੁਝ ਇਸੇ ਤਰ੍ਹਾਂ ਦਾ ਹੈ ਇਹ ਮਾਮਲਾ। ਜੀ ਹਾਂ, ਤੁਹਾਨੂੰ ਇੱਥੇ ਦੱਸ ਦਈਏ ਕਿ ਸੁਖਬੀਰ ਬਾਦਲ 'ਤੇ ਦੋਸ਼ ਹੈ ਕਿ ਉਹਨਾਂ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਖਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਸੀ ਜਿਸ ਕਾਰਨ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਜਵਾਬ ਤਲਬ ਕੀਤਾ। ਕਮੇਟੀ ਨੇ ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦਿਆਂ 15 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਅਤੇ ਸੁਖਬੀਰ ਬਾਦਲ ਨੂੰ 6 ਫਰਵਰੀ ਨੂੰ ਹਾਜ਼ਰ ਹੋਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਨੇ ਅਕਾਲੀ ਦਲ ਨੂੰ ਇੱਕ ਸਲਾਹ ਦਿੱਤੀ, ਕਿਹਾ ਕਿ ਅਕਾਲੀ ਦਲ ਪਾਰਟੀ ਨੂੰ ਰੁੱਸੇ ਹੋਏ ਟਕਸਾਲੀਆਂ ਨੂੰ ਮਨਾਉਣਾ ਚਾਹੀਦਾ ਹੈ, ਉਹ ਨੁਕਸਾਨ ਕਰ ਸਕਦੇ ਨੇ। ਦੂਜੇ ਪਾਸੇ ਸੁਖਬੀਰ ਬਾਦਲ ਨੇ ਮੀਡੀਆ ਨੂੰ ਇਸ ਸਵਾਲ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ। ਇਸ ਦੌਰਾਨ ਮੀਡੀਆ ਦੇ ਨਾਲ ਰੂਬਰੂ ਹੁੰਦੇ ਹੋਏ ਜੀ ਕੇ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਰੁੱਸੇ ਅਕਾਲੀ ਟਕਸਾਲੀ ਆਗੂਆਂ ਨੂੰ ਮਨਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਭਾਵੇਂ ਕੋਈ ਸੀਟ ਨਾ ਜਿੱਤਣ ਪਰ ਅਕਾਲੀਆਂ ਨੂੰ ਨੁਕਸਾਨ ਜ਼ਰੂਰ ਪਹੁੰਚਾਉਣਗੇ। ਦੇਖੋ, ਮੈਂ ਸਮਝਦਾ ਕਿ ਅਕਾਲੀ ਦਲ ਦੇ ਉਹ ਪੁਰਾਣੇ ਲੀਡਰ ਰਹੇ ਨੇ ਔਰ ਅਕਾਲੀ ਦਲ ਨੂੰ ਉਹਨਾਂ ਨਾਲ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ, ਕਿਸੇ ਤਰੀਕੇ ਉਹਨਾਂ ਨੂੰ ਰਾਜ਼ੀ ਕਰਨਾ ਚਾਹੀਦਾ ਔਰ ਨਹੀਂ ਤਾਂ ਹਿੰਦੁਸਤਾਨ ਦੇ ਵਿੱਚ ਹਰੇਕ ਦਾ ਰਾਈਟ ਹੈ, ਉਹਨਾਂ ਨੇ ਵੀ ਬਣਾਇਆ, ਉਹ ਵੀ ਆਪਣੀ ਜ਼ੋਰ ਜਮਾਇਸ਼ ਜ਼ਰੂਰ ਕਰਨਗੇ। ਪਰ ਮੈਂ ਸਮਝਦਾ ਵਾਂ ਕਿ ਇਹ ਟੂ ਅਰਲੀ ਹੈ ਉਹਨਾਂ ਵਾਸਤੇ, ਕਿਉਂਕਿ ਇੰਨੀ ਛੇਤੀ ਲੋਕਾਂ ਦੇ ਵਿੱਚ ਤੁਹਾਡੀ ਪਕੜ ਹੋਣੀ ਉਹ ਹੈ ਨਹੀਂ। ਹਾਂ, ਕੁਛ ਨਾ ਕੁਛ ਨੁਕਸਾਨ ਅਕਾਲੀ ਦਲ ਦਾ ਜ਼ਰੂਰ ਕਰਨ 'ਚ ਕਾਮਯਾਬ ਹੋਣਗੇ। ਉਧਰ ਦੂਜੇ ਪਾਸੇ ਜਦੋਂ ਮੀਡੀਆ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਹ ਪੁੱਛਿਆ ਕਿ ਜੀ ਕੇ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਟਕਸਾਲੀ ਆਗੂਆਂ ਨੂੰ ਮਨਾ ਲੈਣਾ ਚਾਹੀਦਾ ਹੈ ਤਾਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਇਸ ਬਾਰੇ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਤੇ ਕੈਮਰੇ ਤੋਂ ਨਜ਼ਰ ਚੁਰਾਈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਨਸ਼ੇ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੀ ਸੀ ਉਦੋਂ ਉਹਨਾਂ ਨੇ ਗੱਠਜੋੜ ਤੋੜ ਦਿੱਤਾ ਸੀ। ਅਜਿਹੇ ਵਿੱਚ ਉਹ ਗੱਠਜੋੜ ਵਿੱਚ ਦੁਬਾਰਾ ਸ਼ਾਮਿਲ ਨਹੀਂ ਹੋਣਗੇ। ਜਦੋਂ ਕਿ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਏ ਜਾਣ 'ਤੇ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਜਿੱਤਣ ਦੀ ਕਾਬਲੀਅਤ 'ਤੇ ਉਹਨਾਂ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਜਾਵੇਗਾ। ਇਹ ਅੱਜ ਸਾਡੀ ਪੰਜਾਬ ਡੈਮੋਕਰੇਟਿਕ ਅਲਾਇੰਸ ਦੀ ਮੀਟਿੰਗ ਨਹੀਂ, ਇਹ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਅਤੇ ਸਟੇਟ ਬਾਡੀ ਅਹੁਦੇਦਾਰਾਂ ਦੀ ਮੀਟਿੰਗ। ਇਸ ਮੀਟਿੰਗ ਦਾ ਏਜੰਡਾ ਲੋਕ ਸਭਾ ਦੀ ਆ ਰਹੀ ਇਲੈਕਸ਼ਨ ਵਾਸਤੇ ਤਿਆਰੀਆਂ, ਕਿਹੜੇ ਜ਼ਿਲ੍ਹੇ 'ਚੋਂ ਕਿਹਦੀ ਕਿਹਦੀ ਕੀ ਡਿਊਟੀ ਲੱਗੀ ਆ, ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਕੰਮ ਦਿੱਤੇ ਗਏ ਆ। ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਆ ਕਿ ਅੱਜ ਪੰਜਾਬ ਦਾ ਆਵਾਮ 10 ਸਾਲ ਬਾਦਲਾਂ ਦੀਆਂ ਠੱਗੀ ਠੋਰੀਆਂ ਬੇਈਮਾਨੀਆਂ ਅਤੇ ਉਸੇ ਤਰੀਕੇ ਦੇ ਨਾਲ 21 ਮਹੀਨਿਆਂ ਤੋਂ ਕਾਂਗਰਸ ਸਰਕਾਰ ਦੀਆਂ ਬੇਈਮਾਨੀਆਂ, ਫਰਕ ਕੀ ਹੋਇਆ 10 ਸਾਲ ਬਾਅਦ ਨਵੀਂ ਸਰਕਾਰ ਲੋਕਾਂ ਨੇ ਚਾਅ ਨਾਲ ਚੁਣ ਲਈ ਵੀ ਕੈਪਟਨ ਅਮਰਿੰਦਰ ਸਿੰਘ ਜੀ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਨੇਮ ਚੱਕਦੇ ਆ ਅਤੇ ਲੋਕਾਂ ਨੇ ਟਰੱਸਟ ਕੀਤਾ ਸੀ, ਵਿਸ਼ਵਾਸ ਕੀਤਾ ਸੀ, ਕਿਉਂਕਿ ਪੰਜਾਬ ਦੇ ਲੋਕ ਧਰਮੀ ਆ, ਦੇਵੀ ਦੇਵਤੇ ਗੁਰੂ ਪੀਰਾਂ ਦੀ ਧਰਤੀ ਆ ਅਤੇ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਸ ਸਹੁੰ ਦੇ ਉੱਤੇ ਯਕੀਨ ਕਰਕੇ 77 MLA ਜਿਤਾ ਦਿੱਤੇ ਅਤੇ ਅੱਜ 77 MLA ਜੋ ਕੰਮ ਬਾਦਲਾਂ ਨੇ 10 ਸਾਲਾਂ 'ਚ ਕੀਤੇ ਸੀ ਨਾ, ਤੋ ਇਹਨਾਂ ਨੇ 21 ਮਹੀਨਿਆਂ 'ਚ ਕਰਕੇ ਦਿਖਾ ਦਿੱਤੇ। ਅੱਜ ਪੰਜਾਬ ਦਾ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ, ਅੱਜ ਪੰਜਾਬ ਦਾ ਵੋਟਰ ਇਹ ਗੱਲ ਸ਼ਿੱਦਤ ਦੇ ਨਾਲ ਮਹਿਸੂਸ ਕਰਦਾ ਕਿ ਉਹਨਾਂ ਲੋਕਾਂ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਅੰਦਰ ਪੰਜਾਬ ਲਈ ਦਰਦ ਹੈ, ਜਿਨ੍ਹਾਂ ਵਾਸਤੇ ਰਾਜਨੀਤੀ ਕੋਈ ਧੰਦਾ ਕਿੱਤਾ ਬਿਜ਼ਨਸ ਵਪਾਰ ਨਹੀਂ, ਜਿਹੜੇ ਮਾਫੀਆ ਅਤੇ ਕਰਪਟ ਲੋਕਾਂ ਨੂੰ ਨਕੇਲ ਪਾ ਸਕਦੇ ਆ। ਅੱਜ ਅਸੀਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਇੱਦਾਂ ਦੀਆਂ ਆਪੋ ਆਪਣੇ ਜ਼ਿਲ੍ਹੇ ਦੀਆਂ ਗੱਲਾਂ ਦੱਸੀਆਂ ਨੇ, ਰਿਪੋਰਟਸ ਦਿੱਤੀਆਂ ਨੇ ਅਤੇ ਅਸੀਂ ਇਹ ਗੱਲ ਪੰਜਾਬੀਆਂ ਦੇ ਪਿਆਰ ਸਦਕਾ ਡੰਕੇ ਦੀ ਚੋਟ 'ਤੇ ਕਹਿ ਸਕਦੇ ਹਾਂ। ਜਿਹੜੀ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਆ,
ਲੋਕ ਇਨਸਾਫ ਪਾਰਟੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਇੱਕ ਹਿੱਸਾ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਪੰਜਾਬ ਦੇ ਅੰਦਰ ਜਿਹੜੀਆਂ 13 ਲੋਕ ਸਭਾ ਦੀਆਂ ਸੀਟਾਂ ਨੇ ਉਹਨਾਂ ਦੇ ਉੱਤੇ ਪੰਜਾਬੀਆਂ ਦੇ ਪਿਆਰ ਵੋਟਰਾਂ ਦੀ ਸਪੋਰਟ ਸਦਕਾ ਬਹੁਤ ਵੱਡੀ ਪੱਧਰ 'ਤੇ ਸਫਲਤਾ ਹਾਸਲ। ਪਿਛਲੇ ਦਿਨੀਂ ਲੁਧਿਆਣਾ ਵਿੱਚ ਹੋਈ ਮਹਾਗਠਬੰਧਨ ਦੇ ਨੇਤਾਵਾਂ ਦੀ ਬੈਠਕ ਦੇ ਬਾਰੇ ਵਿੱਚ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਬਾਰਿਸ਼ ਵਿੱਚ ਕਈ ਤਰ੍ਹਾਂ ਦੇ ਡੱਡੂ ਅਤੇ ਜੀਵ ਜੰਤੂ ਨਿਕਲ ਆਉਂਦੇ ਨੇ। ਦੇਖੋ ਜਦੋਂ ਬਰਸਾਤਾਂ ਆਉਣੀਆਂ, ਮੀਂਹ ਪੈਂਦਾ ਅਤੇ ਬਹੁਤ ਕਿਸਮ ਦੇ ਨਵੀਂ ਨਵੀਂ ਨਸਲ ਦੇ ਜੀਵ ਜੰਤੂ ਡੱਡੂ ਬਹੁਤ ਕੁਛ ਆਉਂਦਾ ਹੁੰਦਾ। ਸੋ ਬਰਸਾਤਾਂ ਦੇ ਦਿਨਾਂ ਦੇ ਵਿੱਚ, ਕਿਉਂਕਿ ਇਹ ਚੁਣਾਵਾਂ ਦੇ ਦਿਨ ਇੱਕ ਤਰੀਕੇ ਦੇ ਬਰਸਾਤ ਹੈ, ਪਰ ਬਹੁਤ ਸਾਰੀਆਂ ਉਤਪੱਤੀਆਂ ਹੋਣੀਆਂ, ਐਸਾ ਕੁਛ ਨਹੀਂ ਹੈ। ਬਾਕੀ ਹਕੀਕਤ 'ਚ ਚੁਣਾਵ ਦੋ ਹੀ ਪਾਰਟੀਆਂ ਦਾ ਮੁੱਖ ਰੂਪ 'ਚ ਰਹੇਗਾ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਗਠਬੰਧਨ, ਮੰਨ ਲਓ NDA ਔਰ UPA। ਸੋ ਬਾਕੀ ਤਾਂ ਸਭ ਆਉਣਗੇ, ਮਾਰਕੀਟ ਨੂੰ ਖਰਾਬ ਕਰਨਗੇ, ਕੁਛ ਹੋਰ ਤਰ੍ਹਾਂ ਹੋਣਗੇ, ਇਹਨਾਂ ਦਾ ਕੋਈ ਬਹੁਤ ਵੱਡਾ ਇਫੈਕਟ ਹੋਏਗਾ ਐਸਾ ਮੈਂ ਕਿਸੇ ਨੂੰ ਕਹਿੰਦੇ ਨਹੀਂ ਸੁਣਿਆ, ਕਿਉਂਕਿ ਕਿਸੇ ਦੀ ਇੰਨੀ ਹਿੰਮਤ, ਇੰਨੀ ਜ਼ਰੂਰਤ ਨਹੀਂ ਹੈ ਕਿ ਉਹ ਕਹਿ ਦੇਵੇ ਕਿ BJP ਨਹੀਂ ਆਏਗੀ। ਇੰਨੀ ਕਿਸੇ ਦੀ ਵੀ ਜ਼ਰੂਰਤ ਨਹੀਂ, ਔਰ ਤੁਸੀਂ ਸਾਰੇ ਦੇਖ ਰਹੇ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਜ਼ੋਰ ਕਾਹਦੇ ਲਈ ਲਾ ਰਹੀਆਂ BJP ਦੇ, ਜੇ ਇਹਦਾ ਮਤਲਬ ਤਾਕਤ ਕਿਹਨੂੰ ਮੰਨਦੇ ਆ? BJP ਨੂੰ। ਇਸ ਕਰਕੇ ਕੋਈ ਨਹੀਂ ਕਹਿ ਰਿਹਾ, ਸਵਾਏ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਕਿਸੇ ਪਾਸੇ ਮਿਸਗਾਈਡ ਨਾ ਕਰੋ। ਸਾਡਾ ਗਠਬੰਧਨ ਹੈ, ਰਹੇਗਾ, ਔਰ ਇਹਦੇ 'ਚ ਕਿਸੇ ਤਰ੍ਹਾਂ ਦੇ ਸੀਟ ਕੋਈ ਸਾਡੇ ਲਈ ਮੁੱਦਾ ਨਹੀਂ। ਉਹ 13 ਦੀਆਂ ਛੱਡ ਕੇ 27 ਵੀ ਲੜ ਸਕਦਾ, ਉਹਦਾ ਕੀ, ਉਹਦੇ ਘਰ ਦੇ ਬੈਠੇ ਜਦੋਂ ਮਰਜ਼ੀ ਜੋ ਕੁਛ ਮਰਜ਼ੀ ਕਹਿ ਸਕਦਾ, ਉਹਦੇ ਕਹਿਣ ਦਾ ਮੈਨੂੰ ਕੋਈ ਨਹੀਂ। ਸਾਡੀਆਂ ਸ਼ੁਭਕਾਮਨਾਵਾਂ ਉਹਨਾਂ ਨੂੰ ਵੀ, ਹੋ ਸਕਦਾ ਇਸੇ ਭੱਜ ਨਾ ਕਿਤੇ ਉਹ ਦੂਸਰਿਆਂ ਨੂੰ ਵੀ ਸਮਝ ਆ ਜਾਏ, ਉਹ ਵੀ ਪਾਸ ਹੋ ਜਾਣ। 200 ਭੇਡਾਂ ਬੱਕਰੀਆਂ ਇੱਦਾਂ ਦੀਆਂ ਇਕੱਠੀਆਂ ਹੋ ਜਾਣ, ਇੱਕ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਇਸ ਕਰਕੇ ਤੁਹਾਨੂੰ ਘੱਟੋ ਘੱਟ ਚਿੰਤਾ ਨਹੀਂ, ਸਾਡੇ ਮਨਾਂ ਦੇ ਵਿੱਚ ਕਿਤੇ ਕੋਈ ਸ਼ੰਕਾ ਨਹੀਂ, ਅਸੀਂ ਪੂਰਨ ਵਿਸ਼ਵਾਸ ਦੇ ਵਿੱਚ, ਸਾਡੀ ਤਿਆਰੀ ਵੀ ਆ, ਮਨੋਬਲ ਵੀ ਆ, ਵਿਸ਼ਵਾਸ ਵੀ ਆ, ਹਿੰਮਤ ਵੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ, ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਹ ਤੱਕ ਮੈਂ ਦਿੰਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਚੱਕ ਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।